ਬ੍ਰੈਂਪਟਨ ਅਤੇ ਇਸ ਦੇ ਆਸ-ਪਾਸ ਦੇ ਕੁਝ ਉਤਸ਼ਾਹੀ ਵਿਅਕਤੀਆਂ ਵੱਲੋਂ ਬ੍ਰੈਂਪਟਨ ਦੇ ਸਿਟੀ ਹਾਲ ਵਿੱਚ ਸਿੱਖੀ ਕਿਵੇਂ ਪ੍ਰਫੁੱਲਿਤ ਹੋਵੇ ਵਿਸ਼ੇ ਤੇ ਭਾਵਪੂਰਤ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਬੰਧਕੀ ਟੀਮ ਦੇ ਮੈਂਬਰਾਂ ਵਿੱਚੋਂ ਡਾਕਟਰ ਪ੍ਰਗਟ ਸਿੰਘ ਬੱਗਾ ਅਤੇ ਸੁਖਵਿੰਦਰ ਸਿੰਘ ਸੰਧੂ ਸਮੇਤ ਹੋਰ ਬੁਲਾਰਿਆਂ ਦਵਿੰਦਰ ਸਿੰਘ ਸਿੱਖੋਂ, ਪ੍ਰਿੰਸੀਪਲ ਨਿਰਵੈਰ ਸਿੰਘ ਅਰੋੜਾ, ਬਲਦੇਵ ਸਿੰਘ ਸਹਿਦੇਵ ਅਤੇ ਡਾਕਟਰ ਸੁਖਦੇਵ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ, MPP ਨੀਨਾ ਤਾਂਗੜੀ, ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਨੇ ਵੀ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਮੌਕੇ ਹੋਰ ਵੀ ਕਈ ਬੁੱਧੀਜੀਵੀ ਸ਼ਾਮਲ ਰਹੇ। ਇਸ ਦੌਰਾਨ ਨਾਮਧਾਰੀ ਸੰਪਰਦਾਇ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ। ਸਿੱਖੀ ਬਾਰੇ ਮੈਂ ਤਾਂ ਬਹੁਤ ਜ਼ਿਆਦਾ ਕੁਛ ਕਹਿ ਨਹੀਂ ਸਕਦਾ ਕਿਉਂ ਮੇਰੇ ਨਾਲ ਜ਼ਿਆਦਾ ਬਹੁਤ ਲਰਨਡ ਲੋਕ ਇੱਥੇ ਤੁਸੀਂ ਸਾਡੇ ਬੈਠੇ ਹੋਏ ਆ। ਸੋ ਮੈਂ ਸਿਰਫ ਤੁਹਾਡੀ ਆਪਣੀ ਐਕਸਪੀਰੀਅੰਸ ਤੋਂ ਦੱਸ ਸਕਦੀ ਅਤੇ ਇੱਥੇ ਆ ਕੇ ਮੈਂ ਪੰਜਾਬੀ ਜ਼ਿਆਦਾ ਬੋਲਣ ਲੱਗੇ। ਅੱਜ ਇਹ ਸੈਮੀਨਾਰ ਹੋ ਰਿਹਾ ਕਿ ਸਿੱਖੀ ਪ੍ਰਫੁੱਲਿਤ ਕਿਵੇਂ ਹੋਵੇ, ਇਹਦੇ ਵਾਸਤੇ ਮੈਂ ਬੱਗਾ ਜੀ ਨਾਲ ਮੈਂ ਹੀ ਉਹਨਾਂ ਨੂੰ ਬੇਨਤੀ ਕੀਤੀ ਸੀ ਅਤੇ ਉਹਨਾਂ ਨੇ ਸਾਰਾ ਪ੍ਰਬੰਧ ਕਰਕੇ ਇਹ ਬੜਾ ਵਧੀਆ ਕੰਮ ਕੀਤਾ। ਬਾਕੀ ਡਾਕਟਰ ਭੁਪਿੰਦਰ ਸਿੰਘ ਜੀ, ਚੀਤਾ ਜੀ ਔਰ ਹੋਰ ਸਾਰੇ ਸੱਜਣਾਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਉਹਨਾਂ ਕਰਕੇ। ਇਹਦੇ ਵਿੱਚ ਸਾਡਾ ਵਿਸ਼ਾ ਇਹ ਹੈ ਕਿ ਸਿੱਖੀ ਪ੍ਰਫੁੱਲਿਤ ਕਿਵੇਂ ਹੋਵੇ, ਭਾਵ ਸਿੱਖਾਂ ਦੀ ਗਿਣਤੀ ਦਿਨੋਂ ਦਿਨ ਘੱਟਦੀ ਪਈ ਹੈ, ਸਾਡੀ ਗਿਣਤੀ ਵਧਣੀ ਚਾਹੀਦੀ ਹੈ। ਸਿੱਖੀ ਸੋਚ ਦੀ ਗੱਲ ਨਹੀਂ, ਸਿੱਖਾਂ ਦੀ ਗਿਣਤੀ ਵਧਣੀ ਚਾਹੀਦੀ ਹੈ, ਗਿਣਤੀ ਸਾਡੀ ਘੱਟ ਰਹੀ ਹੈ। ਉਸ ਗੱਲ ਦੇ ਉੱਤੇ ਵਿਚਾਰ ਕਰਨ ਵਾਸਤੇ ਹੋਇਆ, ਵੱਖੋ ਵੱਖਰੇ ਵਿਦਵਾਨਾਂ ਨੇ ਆਪੋ ਆਪਣੇ ਵਿਚਾਰ ਦੱਸੇ ਨੇ। ਬਾਕੀ ਮੇਰਾ ਵਿਚਾਰ ਬਹੁਤ ਸਪਸ਼ਟ ਇਹ ਹੈ ਕਿ ਸਤਿਗੁਰੂ ਨਾਨਕ ਪਾਤਸ਼ਾਹ ਨੇ ਕਰਾਮਾਤਾਂ ਵਿਖਾਈਆਂ, ਉਹਨਾਂ ਦੀਆਂ ਕਰਾਮਾਤਾਂ ਦਾ ਪ੍ਰਚਾਰ ਹੋਇਆ ਤਾਂ ਲੋਕ ਉਹਨਾਂ ਦੇ ਸਿੱਖ ਬਣੇ, ਸੇਵਕ ਬਣੇ। ਔਰ ਸਿੱਖੀ ਦੀ ਸਾਰੀ ਗੱਲ ਹੀ ਜਿਹੜੀ ਹੈ ਉਹ ਗੁਰਬਾਣੀ ਅਨੁਸਾਰ, ਇਤਿਹਾਸ ਅਨੁਸਾਰ, ਪਰਾਲੌਕਿਕ ਸ਼ਕਤੀਆਂ ਕਰਾਮਾਤਾਂ 'ਤੇ ਨਿਰਭਰ ਹੈ। ਔਰ ਸਿੱਖੀ ਵਿੱਚ ਗੁਰੂ ਨੂੰ ਇਹ ਮੰਨਿਆ ਗਿਆ ਕਿ ਗੁਰੂ ਮੇਰਾ ਜਨਮ ਮਰਨ ਕੱਟ ਦੇਵੇਗਾ, ਇੱਥੋਂ ਤੱਕ ਕਿ ਗੁਰਬਾਣੀ ਵਿੱਚ ਤਾਂ ਇਹ ਲਿਖਿਆ ਕਿ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ। ਜਿਹਨੇ ਸਤਿਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈ ਲਿਆ, ਸੁਣ ਲਿਆ, ਵੇਖ ਲਿਆ, ਉਹਦਾ ਜਨਮ ਮਰਨ ਕੱਟਿਆ ਗਿਆ। ਕੀ ਇਹ ਕਰਾਮਾਤ ਨਹੀਂ ਹੈਗੀ? ਜਿਹੜੇ ਸੱਜਣੇ ਕਹਿੰਦੇ ਨੇ ਕਿ ਨਹੀਂ ਕਰਾਮਾਤਾਂ ਨਹੀਂ, ਜਾਂ ਮਲਕ ਭਾਗੋ ਦੀ ਰੋਟੀ ਦੇ ਵਿੱਚੋਂ ਖੂਨ ਨਹੀਂ ਨਿਕਲਿਆ, ਜਾਂ ਹੋਰ ਕੋਈ ਕਰਾਮਾਤਾਂ ਗੁਰੂ ਸਾਹਿਬ ਨੇ ਵਿਖਾਈਆਂ ਹੀ ਨਹੀਂ ਅੱਗੋਂ ਸਾਡੇ, ਇਹ
ਉਹ ਭੁਲੇਖੇ ਵਿੱਚ ਹੈਗੇ ਨੇ, ਉਹਨਾਂ ਦੇ ਵਿਚਾਰ ਉਹਨਾਂ ਨੂੰ ਮੁਬਾਰਕ, ਪਰ ਜਿੰਨੀ ਵੀ ਗੱਲ ਹੈ ਉਹ ਸਿੱਖ ਧਰਮ ਦੀ ਗੱਲ ਇਸ ਗੱਲ 'ਤੇ ਘੁੰਮਦੀ ਹੈ ਕਿ ਮੇਰਾ ਗੁਰੂ ਪ੍ਰਭੂ ਦਾ ਰੂਪ ਹੈ ਅਤੇ ਉਹਦੇ ਚਰਨੀ ਲੱਗਿਆਂ ਮੇਰੀਆਂ ਸੰਸਾਰਕ ਅਤੇ ਅਗਲੇ ਲੋਕ ਦੀਆਂ ਵੀ ਸਾਰੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ ਅਤੇ ਮੈਨੂੰ ਸੁੱਖ ਮਿਲਣਗੇ। ਇਸ ਕਰਕੇ ਸਾਨੂੰ ਇਹ ਗੱਲ ਪ੍ਰਚਾਰਨ ਦੀ ਲੋੜ ਹੈ, ਸਾਨੂੰ ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਚਰਨੀ ਲਾਉਣ ਦੀ ਲੋੜ ਹੈ, ਸਾਨੂੰ ਸਿੱਖਾਂ ਨੂੰ ਆਪਣੀ ਸੰਕੀਰਨ ਸੋਚ ਛੱਡਣ ਦੀ ਲੋੜ ਹੈ ਕਿ ਇੱਕ ਵਿਸ਼ੇਸ਼ ਪਹਿਰਾਵੇ ਵਾਲਾ ਜਾਂ ਦਾੜੀ ਕੇਸਾਂ ਵਾਲਾ ਹੀ ਸਿੱਖ ਹੋ ਸਕਦਾ ਹੈ। ਸਿੱਖੀ ਸ਼ਰਧਾ ਨਾਲ ਹੈ, ਬਾਹਰਲੇ ਸਰੂਪ ਨਾਲ ਨਹੀਂ। ਕੇਸ ਦਾੜੀ ਰੱਖਣੇ ਚੰਗੀ ਗੱਲ ਹੈ, ਅੰਮ੍ਰਿਤ ਛਕਣਾ ਚੰਗੀ ਗੱਲ ਹੈ, ਪਰ ਉਹ ਤਾਂ ਦਸਵੇਂ ਪਾਤਸ਼ਾਹ ਵੇਲੇ ਭਾਈ ਕਨ੍ਹੱਈਆ ਜੀ ਨੇ ਵੀ ਨਹੀਂ ਸੀ ਛਕਿਆ, ਗੁਰੂ ਸਾਹਿਬ ਨੇ ਉਹਨੂੰ ਕੱਢਿਆ ਤਾਂ ਨਹੀਂ ਗਾ। ਔਰ ਗਨੀ ਖਾਂ, ਨਬੀ ਖਾਂ, ਉਹ ਵੀ ਤਾਂ ਸਿੱਖ ਸਨ, ਰਾਇਬਲਾਰ ਵੀ ਸਿੱਖ ਸੀ, ਉਹਨੇ 18,000 ਏਕੜ ਜ਼ਮੀਨ ਮੱਥਾ ਟੇਕੀ। ਸਾਨੂੰ ਲੋੜ ਇਸ ਗੱਲ ਦੀ ਹੈ ਸਿੱਖੀ ਪ੍ਰਫੁੱਲਿਤ ਕਰਨ ਵਾਸਤੇ ਕਿ ਅਸੀਂ ਆਪਣੀ ਸੋਚ ਵਿਸ਼ਾਲ ਕਰੀਏ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਚਰਨੀ ਲਾਈਏ। ਸਤਿਗੁਰੂ ਨਾਨਕ ਪਾਤਸ਼ਾਹ ਨੂੰ ਜਿਹੜਾ ਵੀ ਮੰਨੇਗਾ ਉਹ ਹੀ ਸਿੱਖ ਹੈ, ਉਹ ਕਿਸੇ ਵੀ ਰੂਪ ਦੇ ਵਿੱਚ ਹੈ। ਸੋ ਇਹ ਸੋਚ ਨੂੰ ਲੈ ਕੇ ਅਸੀਂ ਇੱਥੇ ਸਿੱਖੀ ਪ੍ਰਫੁੱਲਿਤ ਕਰਨ ਵਾਸਤੇ ਅਸੀਂ ਇਕੱਠੇ ਹੋਏ ਹਾਂ। ਸਾਰੀ ਸੰਗਤ ਜਿੰਨੇ ਵੀ ਆਏ ਨੇ ਸਭ ਨੇ ਆਪੋ ਆਪਣੇ ਇੱਥੇ ਦਰਸ਼ਨ ਦਿੱਤੇ ਨੇ, ਬਹੁਤ ਵਧੀਆ ਕੀਤਾ। ਅੱਜ ਦਾ ਸੈਮੀਨਾਰ ਸੀਗਾ ਉਹ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਡੈਡੀਕੇਟ ਸੀਗਾ, ਕਿਉਂਕਿ ਪਿਛਲੇ ਸਾਲ ਇਸ ਸਾਲ ਹੀ ਅਸੀਂ 550ਵਾਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਅਤੇ ਅਸੀਂ ਨਹੀਂ ਚਾਹੁੰਦੇ ਵੀ ਇਹ ਗੱਲ ਉੱਥੇ ਈਵੈਂਟ ਬੜੇ ਬੜੇ ਹੋਏ ਨੇ, ਲੇਕਿਨ ਅਸੀਂ ਚਾਹੁੰਦੇ ਹਾਂ ਵੀ ਸੈਮੀਨਾਰ ਹੋਣ, ਸੈਮੀਨਾਰ ਦੇ ਵਿੱਚ ਗੁਰੂ ਦੀ ਵਿਚਾਰਧਾਰਾ ਕਿ ਉਹ ਇਨਵਾਇਰਮੈਂਟਸ ਬਾਰੇ, ਪਰਾਏ ਹੱਕ ਬਾਰੇ, ਜਾਂ ਲੇਡੀਜ਼ ਬਾਰੇ ਉਹਨਾਂ ਨੂੰ ਕਿੰਨਾ ਉਹਨਾਂ ਨੇ ਸਮਾਨਤਾ ਕਹਿ ਲਈਏ ਜਾਂ ਜਿਨ੍ਹਾਂ ਨੂੰ ਸਨਮਾਨ ਦਿੱਤਾ, ਈਵਨ ਨੀਵੀਆਂ ਨੂੰ, ਖਾਸ ਤੌਰ 'ਤੇ ਜਿਨ੍ਹਾਂ ਨੂੰ ਅਸੀਂ ਹਾਲੀ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਥੋੜ੍ਹਾ ਜਿਹਾ ਲਾਂਭੇ ਰੱਖਦੇ ਹਾਂ, ਅਤੇ ਉਹਦਾ ਪ੍ਰਚਾਰ ਕੀਤਾ ਜਾਵੇ ਅਤੇ ਤਾਂ ਕਿ ਅਸੀਂ ਗੁਰੂ ਦੀ ਸਿੱਖਿਆ 'ਤੇ ਚੰਗੀ ਤਰ੍ਹਾਂ ਚੱਲ ਸਕੀਏ। ਇਹੋ ਸਾਡਾ ਮੇਨ ਮਕਸਦ ਸੀਗਾ। ਅਤੇ ਉਹਦੇ ਵਿੱਚ ਹਾਂ, ਖਾਸ ਤੌਰ 'ਤੇ ਸਾਡਾ ਇੱਕ ਇਹ ਵੀ ਵਿਚਾਰ ਹੈ ਜਾਂ ਉਹਨਾਂ ਲੋਕਾਂ ਤੱਕ ਅਸੀਂ ਪਹੁੰਚਾ ਸਕੀਏ, ਸਾਡੇ ਬੱਚੇ ਇੱਥੇ ਬੜੇ ਨੌਜਵਾਨ ਨੇ, ਯੰਗ ਨੇ, ਪੋਲੀਟੀਸ਼ੀਅਨ ਨੇ, ਉਹਨਾਂ ਦੀ ਆਪਣੀ ਵਿਚਾਰਧਾਰਾ, ਲੇਕਿਨ ਜਿਹੜੀ ਗੁਰੂ ਦੀ ਸਿੱਖੀ ਆ ਉਹ ਇਹੋ ਉਹਨਾਂ ਨੂੰ ਪ੍ਰੇਰਨਾ ਕਰਦੀ ਆ ਕਿ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ, ਕਿਤੇ ਵੀ ਵਿਚਾਰਾਂ ਦਾ ਕਾਣ ਹੁੰਦਾ ਉਹਦਾ ਅਸੀਂ ਆਪਣਾ ਅਧਿਕਾਰਾਂ ਦਾ ਕਾਣ ਹੁੰਦਾ ਉਹਦਾ ਅਸੀਂ ਖਾਸ ਤੌਰ 'ਤੇ ਉਹਦਾ ਬਿਲਕੁਲ ਪ੍ਰੋਟੈਸਟ ਕਰਨਾ। ਅਤੇ ਸਾਡੇ ਇੱਕ ਵਿਦਵਾਨ ਡਾਕਟਰ ਗੁਰਦਰਸ਼ਨ ਸਿੰਘ ਜੀ ਨੇ ਕੱਲ੍ਹ ਦੀ ਗੱਲ ਆ, ਕੱਲ੍ਹ ਉਹ ਦੱਸ ਰਹੇ ਸੀਗੇ ਕਿ ਸਾਨੂੰ ਆਸ ਹੈ ਤਰਨਜੀਤ ਸਿੰਘ ਢੇਸੀ, ਬੀਬੀ ਗਿੱਲ ਜੀ ਜਿਹੜੇ ਕਿ ਮੈਂਬਰ ਆਫ ਪਾਰਲੀਮੈਂਟ ਨੇ ਇੰਗਲੈਂਡ ਦੇ, ਅਤੇ ਖਾਸ ਤੌਰ 'ਤੇ ਕੈਨੇਡਾ ਦਾ ਇੱਕ NDP ਪਾਰਟੀ ਦਾ ਆਪਣਾ ਲੀਡਰ ਜਗਮੀਤ ਸਿੰਘ ਧਾਲੋ, ਸਾਨੂੰ ਮਾਣ ਵਾ, ਉਹਨਾਂ ਨੇ ਦੱਸਿਆ ਕਿ ਸਾਨੂੰ ਮਾਣ ਆ, ਸਾਨੂੰ ਇਹ ਸਾਰਿਆਂ 'ਤੇ ਮਾਣ ਆ, ਕਿਉਂਕਿ ਇਹ ਸਿੱਖੀ ਦੀ ਗੱਲ ਕਰਦੇ ਨੇ, ਇਹ ਲੋਕ ਅਧਿਕਾਰਾਂ ਦੀ ਗੱਲ ਕਰਦੇ ਨੇ, ਅਸੀਂ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ। ਬਾਕੀ ਜਿਹੜੇ ਸਾਡੇ ਹੋਰ ਵੀ ਪੋਲੀਟੀਸ਼ੀਅਨ ਨੇ ਉਹ ਹਮੇਸ਼ਾ ਹੀ ਮਨੁੱਖੀ ਅਧਿਕਾਰਾਂ ਦੀ ਜਿਹੜੀ ਆ ਉਹ ਗੱਲ ਕਰਨ, ਇਨਵਾਇਰਮੈਂਟ ਦੀ ਗੱਲ ਕਰਨ, ਹੋਰ ਚੰਗੇ ਭਵਿੱਖ ਦੀ ਗੱਲ ਕਰਨ, ਇਹੀ ਸਾਡਾ ਮੇਨ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ 551ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਇਹਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਸਿੱਖ ਜਗਤ ਨੂੰ ਅਤੇ ਸਾਰੇ ਸਮੂਹ ਲੁਕਾਈ ਨੂੰ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਇਹ ਜਿਹੜਾ ਪ੍ਰਕਾਸ਼ ਉਤਸਵ ਹੈ, ਦੇਸ਼ ਵਿਦੇਸ਼ ਵਿੱਚ ਸੰਗਤਾਂ ਬੜੇ ਪਿਆਰ ਸ਼ਰਧਾ ਅਤੇ ਸਤਿਕਾਰ ਨਾਲ ਮਨਾ ਰਹੀਆਂ। ਪਰ ਅੱਜ ਦਾ ਜਿਹੜਾ ਅਸੀਂ ਸੈਮੀਨਾਰ, ਇਹਦਾ ਟੋਪਿਕ ਬਾਕੀ ਸਾਰੀਆਂ ਜਿੰਨੀਆਂ ਵੀ ਇਹ ਸੈਲੀਬ੍ਰੇਸ਼ਨਸ ਹੋਈਆਂ ਉਹਦੇ ਤੋਂ ਥੋੜ੍ਹਾ ਜਿਹਾ ਵੱਖਰਾ ਹੈ। ਇਹਦੇ ਵਿੱਚ ਸਿਰਫ ਅਸੀਂ ਤਿੰਨ ਹੀ ਟੋਪਿਕ ਰੱਖੇ ਨੇ। ਇੱਕ ਤਾਂ ਆ ਕਿ ਸਮਝਣ ਦੀ ਲੋੜ ਹੈ ਸਾਨੂੰ ਅੱਜ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਉਹ ਜਿਹੜੀਆਂ ਸੌੜੀਆਂ ਨੀਤੀਆਂ ਸੀ ਉਹ ਤੋਂ ਪਰੇ ਹਟ ਕੇ ਸਾਰੀ ਲੁਕਾਈ ਦੇ ਭਲੇ ਦੀ ਖਾਤਰ ਜਿਹੜੇ ਗੁਰੂ ਸਾਹਿਬ ਜੀ ਨੇ ਸਾਨੂੰ ਮੱਤ ਦਿੱਤੀ ਸੀ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਵਿਦਵਤਾ ਭਰਪੂਰ, ਉਹ ਕੀ ਸੀ। ਦੂਜਾ ਕਿ ਅੱਜ ਅਸੀਂ ਕੀ ਉਸ ਨੂੰ ਫੋਲੋ ਕਰ ਰਹੇ ਹਾਂ, ਜੇ ਨਹੀਂ ਕਰ ਰਹੇ ਤਾਂ ਗੈਪ ਕੀ ਹੈ। ਅਤੇ ਤੀਸਰਾ ਅਤਿ ਜ਼ਰੂਰੀ ਸਵਾਲ ਹੈ ਜਿਹੜਾ ਸਾਰੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ, ਗੁਰਦੁਆਰਾ ਸਾਹਿਬਾਨ ਵੀ, ਬਾਕੀ ਵੀ ਸਾਰੇ ਸੰਪਰਦਾਇਆਂ ਦੇ ਨਾਲ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਕੋਈ ਐਕਸ਼ਨ ਪਲਾਨ ਕੀ ਬਣਾਈ ਜਾਵੇ ਅਤੇ ਤਾਂ ਕਿ ਉਹਨੂੰ ਇੰਪਲੀਮੈਂਟ ਕਰੀਏ, ਤਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਉਹ ਵਿਚਾਰਧਾਰਾ ਜਿਹੜੀ ਆ ਦੁਨੀਆ ਭਰ ਦੇ ਵਿੱਚ ਕਿਵੇਂ ਪ੍ਰਫੁੱਲਿਤ ਕੀਤੀ ਜਾਵੇ। ਇਹ ਸਾਡਾ ਨਿਮਾਣਾ ਜਿਹਾ ਉਪਰਾਲਾ ਹੈ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ, ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੀ ਅਪੀਲ ਕਰਦੇ ਹਾਂ ਅਤੇ ਉਮੀਦ ਰੱਖਦੇ ਹਾਂ ਕਿ ਜ਼ਰੂਰ ਆਪਣੇ ਸੁਝਾਅ ਦੇ ਕੇ ਸਾਨੂੰ ਕਿਰਦਾਰਥ ਵੀ ਕਰਨਗੇ ਅਤੇ ਸਹਿਯੋਗ ਵੀ ਦੇਣਗੇ। ਅੱਜ ਇੱਥੇ ਸਿਟੀ ਹਾਲ ਦੇ ਵਿੱਚ ਇੱਕ ਉਪਰਾਲਾ ਕੀਤਾ ਗਿਆ ਬਹੁਤ ਵਧੀਆ, ਜਿਹਦੇ ਵਿੱਚ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਉੱਤੇ ਵਿਚਾਰਧਾਰਾ, ਸਿੱਖੀ ਨੂੰ ਕਿੱਦਾਂ ਪ੍ਰਫੁੱਲਿਤ ਕੀਤਾ ਜਾ ਸਕਦਾ ਔਰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਕਿੱਦਾਂ ਅੱਗੇ ਵਧਾਇਆ ਜਾ ਸਕਦਾ, ਉਹਦੇ 'ਤੇ ਵਿਚਾਰ ਗੋਸ਼ਟੀ ਹੋ ਰਹੀ ਹੈ। ਬਹੁਤ ਸੋਹਣਾ ਲੱਗਾ, ਹਰ ਇੱਕ ਦੇ ਵਿਚਾਰ ਸੁਣੇ ਇੱਥੇ, ਬੜੇ ਚੰਗੇ ਚੰਗੇ ਵਿਦਵਾਨ, ਸਿੱਖੀ ਦੇ ਵਿਦਵਾਨ, ਸੰਸਥਾਵਾਂ ਦੇ ਹੈੱਡ
और ऑर्गेनाइजर ने इन्ना सोहना ऑर्गेनाइजर ने इंतजाम किया कि बहुत वधिया लगन गुरु नानक देव जी की विचारधारा के बारे जो गल सुनिया। मैं हुणे हुणे जदा जाके आया लांघे दे विच गुर करतारपुर तो उत्थे देखिया करतारपुर दे विच दोनों राज्यां दे विच इकट्ठा एक दूजे दे नाल प्यार दे नाल वो जिहड़ी चीज़ सी उहनू एक इन्ना उत्थे लगा वधिया कि जिदा गुरु नानक देव जी की मेहर हुई आ कि उत्थे सारे जाणे इकट्ठे हो के एक लांघे का शुरुआत हुई तो गुरुद्वारे जाण दा मौका सारिआं नूं मिलिया। इस तरह ही है कि जो प्यार दियां भावनावां वधदियां तो हौली 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 ये फिर एक दूजे की नेड़ता हो जाती है। गौरमेंट टू गौरमेंट रिलेशनशिप वधिया वधदे आ और पब्लिक टू पब्लिक यही चीज़ा आ असी देखना कि गुरु नानक जी देव जी का फलसफा असी किन्ना साडी गौरमेंट कैनेडा विच किन्ना अडोप्ट कर रही जिहदे विच मैं भी इस भाईवाल आ उहदे विच। ये जरूरी है कि इहदे विच असी एज ए कनेडियन जी मैनू पुछो मैं तो कहूँगा वंड छको किरत करो तो नाम जपो ये तो तीन मुख फलसफे है कि गुरु नानक देव जी दे। पर असी एज ए गौरमेंट की कर रहे हैं इसत्री नू पूरा अधिकार देना पौन पानी अग्नि पता ये सब चीज़ा का ध्यान रखना पौन पानी दा गुरु नानक देव जी ने एक खास महत्ता दिता। फिर तुसी अपना प्यार सद्भावना तुसी हर एक नू बराबरता दा देना मिडल क्लास नू अप चकना हर एक दे नाल इको जिहा सलूक करना हर एक दे वास्ते कुली गुली जुली दा इंतजाम करना और इंटरनेशनल तौर ते सारिआं नू इक जिहा सम्मान सन्मान करना। एक ये नहीं है कि किसी नू नीवा ते किसी नू उच्चा रखना बराबरता दा सम्मान देना ये साडी सरकार अज कर रही आ। यही सारिया कनेडा दियां सरकारां बड़ी खुशकिस्मत है सी कि इहो जी कनेडा की धरती ते रहिंदे आ जिथे कि गुरु नानक देव जी दे फलसफे का बोलबाल आया। इन्ना ही नहीं ये साडे चार्टर ऑफ राइट दे विच भी कनेडा दे चार्टर ऑफ राइट दे विच भी मैनशन है। इस तों वधिया होर की हो सकदा। इन्हां सारिया गल्लां दे नाल मैं तुहानूं सारिआं नूं इस खाल के उत्ते बहुत बधाई दिना और इस इंतजाम कमेटी को भी बहुत बधाई दिना सारिआं नूं जिन्होंने अज का उपराला किया। वाहिगुरू जी का खालसा वाहिगुरू जी की फतह। अज का जो सैमीनार है सिखी किवें प्रफुल्लित होवे सानूं की कम करना चाहिए है इस उत्ते एक सैमीनार मनाया गया जिथे बहुत अच्छे अच्छे पढ़े लिखे बंदे ने अपने अपने विचार दिते और उन्होंने विचारों के विच जो मेरी फीलिंग है अगर असी सिखी दे बूटे नूं अच्छा प्रफुल्लित लहराना है तो सानू सब तो पहला जो महाराज ने दसिया है सच उरे सब को उपर सच आचार अपनी पहला फाउंडेशन जो हैगी है उसनू मॉरल वैल्यूज जो साड़ियाँ हैगी है उसनू मजबूत करना पड़ेगा और मजबूत करने तो बाद फिर जो एक टकसाल हैगी है साड़ी माता जो है उसनू एक अच्छे विचार देने पैणगे जिहदे नाल कि वह टकसाल दे विचों जो बच्चे भी बाहर आते हैं वह भी एक अच्छे योधे बन और अच्छे सिखी नूं अगे प्रफुल्लित करन। ते बाकी डेराबाद जो इत्थे बन चुका है और उस डेराबाद नूं भी सानूं स्टॉप करना चाहीदा है लड़ाई ना नहीं संघर्ष ना नहीं जिस तरह गुरु महाराज ने उन्होंने अपने उन्होंने टाइम च भी जदों के डेराबाद वांगू तीरमलीए वडमलीए उत्थे पैदा हो गए सन उन्होंने भी बड़े अच्छे तरीके दे नाल सुलझाया तो अपनी सिखी नूं अगे प्रफुल्लित किया। उदों भी बड़ियां सीगियां पर सानूं इस तरह ही ये डेराबाद जो है जा राधा स्वामी हैं या राम रहीम है जिहड़ा कि आप अज जेल दियां सखां दे पिछे है और अपने जो राधा स्वामी हैं वह भी अज अपनी लड़ाइया फसाइया च फसे हुए ने ते उत्थों सानूं प्रचार जो है गुरबाणी का है अच्छे प्रचारक पैदा करके तो अगे लिया चाहिए दिन जिदे नाल कि असी इस होर भी प्रफुल्लित करिए तो सिखी के बूटे अगे ले जाइए और अच्छी लीडर बनाइए। अज का प्रोग्राम स्पैशल सैमीनार चल रहा साड़ी जो सिखी आ प्रफुल्लित किवें होए क्योंकि सिखी का जो ग्राफ वो थोड़ा निगार वाल जा रहा ये असी मनीए चाहे ना मनीए पर फिर भी बहुत कुछ है जो असी शायद वो असली संदेश जो गुरु नानक देव जी का जो साड़ी सिख फिलासफी आ ਉਹਦਾ ਸੰਦੇਸ਼ ਹੋ ਸਕਦਾ ਸਾਡੀ ਨੌਜਵਾਨ ਪੀੜ੍ਹੀ ਤੱਕ ਨਾ ਪਹੁੰਚ ਰਿਹਾ ਹੋਵੇ ਤਾਂ ਹੀ ਸਿੱਖੀ ਤੋਂ ਦੂਰ ਜਾ ਰਹੇ ਸਾਡੀ ਨੌਜਵਾਨ ਪੀੜ੍ਹੀ। ਇਸ ਗੱਲ ਨੂੰ ਦੇ ਸੰਦਰਭ ਵਿੱਚ ਅੱਜ ਜੋ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਆ ਬਹੁਤ ਸਾਰੀਆਂ ਗੱਲਾਂ ਜੋ ਉਹਨਾਂ ਨੇ ਕੀਤੀਆਂ ਜੋ ਸਾਨੂੰ ਦੱਸਿਆ ਕਿ ਕਿੱਥੇ ਕਿੱਥੇ ਕਮੀਆਂ ਪੇਸ਼ੀਆਂ ਜਿਨ੍ਹਾਂ ਨੂੰ ਅਸੀਂ ਸੁਧਾਰ ਕੇ
ਸਾਡੀ ਨੌਜਵਾਨ ਪੀੜ੍ਹੀ ਨੂੰ ਫਿਰ ਆਪਣੇ ਨਾਲ ਜੋੜ ਸਕਦੇ ਹਾਂ, ਕਿਉਂਕਿ ਹਰ ਗੱਲ ਕਹਿਣ ਦਾ ਵੱਖਰਾ ਵੱਖਰਾ ਢੰਗ ਆ। ਜ਼ਰੂਰੀ ਨਹੀਂ ਅਸੀਂ ਸਿਰਫ ਇਹਨੂੰ ਸਵਾਰਨ 'ਤੇ ਹੀ ਲਾ ਦਈਏ ਟਾਈਮ, ਜੋ ਅਸੀਂ ਗੁਰਬਾਣੀ ਨੂੰ ਪੜ੍ਹਨ 'ਤੇ ਹੀ ਉਹਦੇ ਵਿੱਚੋਂ ਜੋ ਅਸਲੀ ਮੁੱਦਾ ਹੈ ਉਹਨੂੰ ਜੇ ਅਸੀਂ ਸਮਝ ਸਕੀਏ, ਉਹਦੇ 'ਤੇ ਚੱਲ ਸਕੀਏ, ਫਿਰ ਹੀ ਇਹ ਸਾਡੀ ਜੋ ਮਿਹਨਤ ਆ ਜਾਂ ਸਾਡੀ ਜੋ ਆਉਣ ਵਾਲੀ ਪੀੜ੍ਹੀ ਆ ਉਹਨੂੰ ਇਹ ਸੰਦੇਸ਼ਾ ਪਹੁੰਚ ਸਕਦਾ ਆ, ਕਿਉਂਕਿ ਇਹ ਸਾਡਾ ਫਰਜ਼ ਬਣ ਜਾਂਦਾ। ਅਤੇ ਇਸੇ ਤਰ੍ਹਾਂ ਦੀਆਂ ਈਵੈਂਟ ਜੋ ਟਾਈਮ ਟੂ ਟਾਈਮ ਜ਼ਰੂਰ ਸਾਨੂੰ ਕਰਾਉਣੀਆਂ ਚਾਹੀਦੀਆਂ, ਤਾਂ ਹੀ ਆਪਾਂ ਇਸ ਸਿੱਖੀ ਨੂੰ ਪ੍ਰਫੁੱਲਿਤ ਕਰ ਸਕਦੇ ਹਾਂ, ਇਸ ਸਿੱਖੀ ਨੂੰ ਇੱਦਾਂ ਹੀ ਹਰਿਆ ਭਰਿਆ ਰੱਖ ਸਕਦੇ ਹਾਂ। ਸਾਰਿਆਂ ਦਾ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਬ੍ਰੈਂਪਟਨ ਦੇ ਵਿੱਚ ਸਾਰੇ ਇਕੱਤਰ ਹੋਏ ਹਾਂ, ਬੁੱਧੀ ਜੀ ਵੀ ਆਏ ਨੇ, ਆਡੀਅੰਸ ਆਏ ਨੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀ ਵਰ੍ਹੇਗੰਢ ਨੂੰ ਸਮਰਪਿਤ ਹੈ ਇੱਕ ਬਹੁਤ ਹੀ ਵਿਸ਼ਾਲ ਸੈਮੀਨਾਰ ਕਿ ਸਿੱਖੀ ਪ੍ਰਫੁੱਲਿਤ ਕਿਵੇਂ ਹੋਵੇ। ਸੋ ਉਸ ਉਪਲਕਸ਼ ਵਿੱਚ ਅੱਜ ਬਹੁਤ ਹੀ ਜ਼ਿਆਦਾ ਭਰਵਾਂ ਹੁੰਗਾਰਾ ਮਿਲਿਆ। ਇੱਥੇ ਜੋ ਸਾਡਾ ਹਾਲ ਹੈ ਉਹ ਪੂਰਾ ਫੁੱਲ ਹੈ, ਸਾਰਿਆਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ, ਕਿਉਂਕਿ ਸਿੱਖੀ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਹੈ। ਸਿੱਖੀ ਕਿਸੇ ਵੀ ਜਾਤ ਪਾਤਾਂ ਦੇ ਅੰਦਰ, ਰੰਗਾਂ ਨਸਲਾਂ ਦੇ ਅੰਦਰ ਗੁਲਾਮ ਨਹੀਂ ਹੈ, ਸਿੱਖੀ ਆਜ਼ਾਦ ਹੈ ਔਰ ਗੁਰੂ ਨਾਨਕ ਪਾਤਸ਼ਾਹ ਦੀ ਆਜ਼ਾਦ ਸੋਚ ਹੈ। ਅੱਜ ਸੋਚਣਾ ਇਹ ਹੈ ਕਿ ਸਿੱਖੀ ਦਾ ਗ੍ਰਾਫ ਅੱਜ ਤੱਕ ਕਿਉਂ ਗਿਰਾਵਟ ਵੱਲ ਜਾ ਰਿਹਾ ਹੈ। ਸਾਡੀ ਕੋਸ਼ਿਸ਼ ਹੈ ਅੱਜ ਦੇ ਬੁੱਧੀਜੀਵੀਆਂ ਤੋਂ ਆਪਾਂ ਇਹ ਮੁਲਾਂਕਣ ਕਰੀਏ ਕਿ ਸਿੱਖੀ ਦਾ ਗ੍ਰਾਫ ਪ੍ਰਫੁੱਲਿਤ ਕਿਵੇਂ ਹੋਵੇ। ਇਸ ਵਕਤ ਬਹੁਤ ਵੱਡੀ ਸਮੱਸਿਆ ਹੈ ਸਾਡੀ ਨਵੀਂ ਪੀੜ੍ਹੀ ਲਈ, ਕਿ ਜੋ ਕਿ ਸਿੱਖੀ ਵੱਲੋਂ ਆਪਣਾ ਮੁੱਖ ਮੋੜ ਰਹੀ ਹੈ ਔਰ ਉਹਨਾਂ ਨੂੰ ਉਤਸ਼ਾਹ ਕਰਨ ਦੀ ਕਿ ਸਿੱਖੀ ਪ੍ਰਫੁੱਲਿਤ ਕਿਵੇਂ ਹੋਵੇ। ਇਸ ਉਪਲਕਸ਼ ਵਿੱਚ ਸਾਡਾ ਜੋ ਸੈਮੀਨਾਰ ਹੈ ਉਹ ਬੜੇ ਬਹੁਤ ਹੀ ਜਾਹੋ ਜਲਾਓ ਦੇ ਨਾਲ ਚੱਲ ਰਿਹਾ, ਭਰਪੂਰ ਹੁੰਗਾਰਾ ਮਿਲ ਰਿਹਾ। ਸਾਡੇ ਬੁਲਾਰੇ ਯੂਨੀਵਰਸਿਟੀ ਦੇ ਡੀਨ ਆਏ ਨੇ, ਇੱਥੇ ਸਾਬਕਾ ਡੀਨ ਨੇ ਸਰਦਾਰ ਸੁਖਦੇਵ ਸਿੰਘ, ਅਤੇ ਉਹ ਸਾਰਾ ਹੋਰ ਬੁਲਾਰੇ ਇੱਥੇ ਆਪਣੇ ਵਿਦਵਾਨ ਨੇ, ਸਿੱਖ ਵਿਦਵਾਨ ਆਪਣੇ ਆਪਣੇ ਖਿਆਲੇ ਇਜ਼ਹਾਰ ਕਰ ਰਹੇ ਨੇ ਅਤੇ ਇਸ ਦਾ ਮੁਲਾਂਕਣ ਕਰ ਰਹੇ ਨੇ। ਅੱਜ ਦਾ ਸੈਮੀਨਾਰ ਪ੍ਰਬੰਧਕਾਂ ਨੇ ਸਿਟੀ ਹਾਲ ਵਿੱਚ ਕੀਤਾ, ਸਿੱਖੀ ਕਿਸ ਤਰ੍ਹਾਂ ਪ੍ਰਫੁੱਲ ਹੋ ਸਕਦੀ ਹੈ, ਕਿਸ ਤਰ੍ਹਾਂ ਉਸ ਨੂੰ ਅੱਗੇ ਫੈਲਾਇਆ ਜਾ ਸਕਦਾ। ਬਹੁਤ ਸੋਹਣਾ ਇਹ ਇਹਨਾਂ ਦਾ ਪ੍ਰਬੰਧ ਸੀਗਾ, ਬਹੁਤ ਸੋਹਣਾ ਇਹਨਾਂ ਦੇ ਜੋ ਇਹਨਾਂ ਨੇ ਆਪਣੇ ਆਪ ਨੂੰ ਸੰਗਤਾਂ ਦੇ ਵਿੱਚ ਪੇਸ਼ ਕੀਤਾ, ਜੋ ਉੱਥੇ ਬੁਲਾਰਿਆਂ ਨੇ ਸਹੀ ਮਾਨਿਆਂ ਦੇ ਵਿੱਚ ਸਾਨੂੰ ਇੱਥੇ ਚੱਲਣ ਦੀ ਲੋੜ ਹੈ। ਇਹ ਹੀ ਇੱਕ ਅਸਲੀਅਤ ਹੈ ਕਿ ਸਿੱਖੀ ਨੂੰ ਕਿੱਦਾਂ ਬਚਾ ਸਕਦਾ, ਆਉਣ ਵਾਲੀ ਪੀੜ੍ਹੀ ਦੇ ਵਿੱਚ ਕਿੱਦਾਂ ਇਸ ਨੂੰ ਪ੍ਰਫੁੱਲਿਤ ਕੀਤਾ ਜਾ ਸਕਦਾ। ਸਾਨੂੰ ਵੀ ਇਹਦੇ ਵਿੱਚ ਯੋਗਦਾਨ ਪਾਉਣ ਦੀ ਲੋੜ ਆ, ਆਪਣੇ ਬੱਚਿਆਂ ਨੂੰ, ਆਪਣੇ ਘਰ, ਆਪਣੀ ਸੁਸਾਇਟੀ 'ਚ ਜਾ ਕੇ ਆਪਾਂ ਇੱਥੋਂ ਕੁਝ ਸਿੱਖ ਕੇ ਚੱਲੇ ਹਾਂ ਤਾਂ ਜਾ ਕੇ ਆਪਾਂ ਆਪਣੇ ਬੱਚਿਆਂ ਨੂੰ, ਆਪਣੀ ਕਮਿਊਨਿਟੀ ਨੂੰ ਵੀ ਆਪ ਵੀ ਸਿੱਖਣਾ ਆ ਅਤੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਜੋ ਲਿਖਿਆ ਹੋਇਆ ਉਹ ਸਾਇੰਸ ਵੀ ਉਹਨੂੰ ਅੱਜ ਕੱਲ੍ਹ ਜਿਹੜੀ ਹੈ ਤਰਜੀਹ ਦੇ ਰਹੀ ਆ। ਤੋ ਜਿਸ ਤਰ੍ਹਾਂ ਆਪਣੇ ਸੁਖਦੇਵ ਸਿੰਘ ਜੀ ਨੇ ਆਪਾਂ ਨੂੰ ਦਰਸਾਇਆ ਆ, ਬਹੁਤ ਸੋਹਣਾ ਸਹੀ ਤਰੀਕੇ ਦੇ ਨਾਲ ਉਹ ਤੋਂ ਆਪਾਂ ਨੂੰ ਫੋਲੋ ਕਰਨ ਦੀ ਲੋੜ ਆ ਅਤੇ ਆਪਣੇ ਬੱਚਿਆਂ ਨੂੰ ਵੀ ਉਹਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਗੁਰਸਿੱਖੀ ਪੰਜਾਬੀ ਘਰ ਦੇ ਵਿੱਚ ਬੋਲੀਏ ਅਤੇ ਪੰਜਾਬੀ ਪੜ੍ਹਾਈਏ। ਇਹ ਹੀ ਇੱਕ ਪ੍ਰਫੁੱਲਿਤ ਕਰਨ ਦਾ ਤਰੀਕਾ ਹੈਗਾ, ਪ੍ਰਚਾਰ ਸਹੀ ਮਿਹਨਤ ਪ੍ਰਚਾਰ। ਇਹ ਨਹੀਂ ਵੀ ਮੇਰੇ ਵਰਗੇ ਜਾਂ ਸਾਡੇ ਤੋਂ ਵੀ ਹੋਰ ਜਿਹੜੇ ਪ੍ਰਚਾਰਕ ਸਾਧੇ ਆ ਉਹ ਵੈਲ ਐਜੂਕੇਟਡ ਹੋਣੇ ਚਾਹੀਦੇ ਆ, ਉਹ ਪੂਰਾ ਸਟੱਡੀ ਕਰਕੇ ਆਉਣ, ਗ੍ਰੰਥੀ ਸਿੰਘ ਪੂਰੀ ਸਟੱਡੀ ਕਰਕੇ ਆਉਣ, ਤਾਂ ਉਹ ਜਿਹੜੇ ਆ ਪ੍ਰਚਾਰ ਅੱਗੇ ਕਰ ਸਕਦੇ ਆ। ਇਹ ਨਹੀਂ ਕਿ ਆਪਣੀ ਰੋਜ਼ੀ ਰੋਟੀ ਨੂੰ, ਠੀਕ ਆ ਕਮਾਉਣੀ ਰੋਜ਼ੀ ਰੋਟੀ, ਪਰ ਸਹੀ ਮਾਨੇ ਵਿੱਚ ਗੁਰਸਿੱਖੀ ਜਿਹੜੀ ਆ, ਗੁਰਸਿੱਖੀ ਦੀ ਇਹ ਨਿਸ਼ਾਨੀ ਕਿਹੜੀ ਨਿਸ਼ਾਨੀ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪਤਾ ਲੱਗਦਾ। ਆਪਣਾ ਸਰੂਪ ਵੀ ਸਿੱਖੀ ਦੇ ਵਿੱਚ ਲਿਆਉਣਾ, ਇਹ ਨਹੀਂ ਵੀ ਸਿੱਖੀ ਇਕੱਲੀ ਅੰਦਰ ਹੀ ਆ, ਸਿੱਖੀ ਅੰਦਰਲੀ ਨੂੰ ਬਾਹਰ ਵੀ ਲਿਆਉਣਾ, ਜੋ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸ਼ੁਰੂ ਤੋਂ ਕੀਤਾ ਅਤੇ ਦਸਵੇਂ ਪਾਤਸ਼ਾਹ ਨੇ ਅਖੀਰ 'ਤੇ ਆਣ ਕੇ ਉਹਨੂੰ ਫੜ ਲਾਇਆ, ਉਹ ਸਰੂਪ ਵੀ ਚਾਹੀਦਾ, ਉਹ ਫਿਰ ਸਿੱਖੀ ਆ। ਸੋ ਮੇਰਾ ਐਮ ਏ ਪੇਪਰ ਵੀ ਭਰਿਆ ਆ, ਇਹਦੇ ਵਿੱਚ ਵੀ ਇਹ ਕੁਛ ਜਵਾਬ ਮੈਂ ਆਨਸਰ ਦਿੱਤੇ ਆ। ਤੋ ਮੈਂ ਤਾਂ ਜ਼ਿਆਦਾ ਨਹੀਂ ਜਾਣਦਾ, ਪਰ ਮੈਂ ਸ਼ਾਬਾਸ਼ ਇਸ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਸਹੀ ਮਾਨਾ ਇਹ ਇਸ ਚੀਜ਼ ਨੂੰ ਟੱਚ ਕੀਤਾ ਆ, ਔਰ ਅਸੀਂ ਵੀ ਸਾਰੇ ਇਸ ਚੀਜ਼ ਨੂੰ ਫੋਲੋ ਕਰੀਏ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਇਹਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ, ਮੈਂ ਆਪਣੇ ਮੇਰੇ ਵੀਰ ਗਿਆਨ ਸਿੰਘ ਜੀ ਕੰਘ ਪ੍ਰਧਾਨ ਸਾਡੇ ਹੈਗੇ ਆ, ਲਾਲੀ ਜੀ ਕੰਘ, ਅਤੇ ਨਾਲ ਮੇਰੇ ਸਾਡੇ ਨਾਲ ਇਹਨਾਂ ਜਗਮੋਹਨ ਸਿੰਘ ਜੀ, ਮੈਂ ਇਹਨਾਂ ਵੀ ਸਾਰਿਆਂ ਨੂੰ ਕਹੂੰਗਾ ਅਸੀਂ ਜਦ ਵੀ ਇਕੱਠੇ ਹੋ ਕੇ ਇਹੋ ਜਿਹਾ
अज इत्थे जी अपने सारे सिख विद्वान स्कॉलर्स इकट्ठे हुए सी जो अपनी कॉन्वर्सेशन की कई बार बहुत जरूरत होंगी है भी असी अज का टॉपिक जो मॉडर्न सोसाइटी दे विच सिखी नूं किवें फ्लरिश करना तो उत्थे जो डिस्कशन हुई है अपने प्रिंसिपल्स जो अपने कई वक्रे वक्रे संस्थावां दे उत्ते अपने विचार सांझे करना आए सीगे असी उन्हां दा भी तुहानूं आद करदे हां ते असी इह भी रैकगनाइज करदे हां भी कितों कितों तक साडी जो सिख कम्यूनिटी हैगी सिख फेथ हैगी फिलासफी हैगी सानूं कितों तक पहुँचा गई साडे बाहरले देशां जदों असी वेखिया कितों कितों तक तरक्की चाहे बिजनेस विच होए पॉलिटिक्स विच होर कई थावां दे विच ते इह जो गुरु नानक देव जी दी फिलासफी जो चली सी उस दे पत्थरी असी जो कॉन्वर्सेशन अज चल रही सी बहुत वधिया सी असी समुचे सेवादारां दा भी इस उपराला करन दा बहुत बहुत धन्यवाद करदे हां। ब्रैम्पटन दे इतिहास विच मैं पहली बार एक देखा है कि साड़ा जिहड़ा सिटी हाल है जी ब्रैम्पटन दा नंबर 2 वॉलिंगटन स्ट्रीट दे उहदे विच कौंसल जिहड़ा चैंबर है उहदे विच सैमीनार जिहड़ा आयोजित किया गया पहली गल तां जस्ट वांट टू थैंक द मेयर पैट्रिक एंड द कौंसल मैंबरस कि जिन्हां ने सानूं इत्थे सैमीनार करन दा मौका मिलिया। इन्हां दा जिहड़ा शीर्षक सी जी उह सीगा कि सिक्खी नूं किवें प्रफुल्लित किया जाए आपो अपने विचार विद्वानां ने उत्थे रखे ने मैनू उन्होंने 3 मिनट का समा दिता सी ते मैं 2 मिनट दे विच अपनी गल शुरू की पहले तो अज वो मुकद्दस दिन है 1704 दा दसंबर जिथे छोटे साहबजादियां दी जिस दिन शहादत होई सी सरहंद दी धरती ते असी उन्होंने अपनी श्रद्धांजलि भेट करते हुए जी असी अज दा इह जिहड़ा मैं उत्थे अपनी गलबात शुरू की मैं तो सिक्खी नूं किवें प्रफुल्लित किया जाए हाउ वी कैन एक्सपेंड द सिखिज़म उहदे विच 3 ही गल्लां मैं सिंपल दसियां ने अपनी कौम नूं कि जे सिक्खी नूं प्रफुल्लित करना है उहदे विच 3 चीज़ां सानूं करनियां होणगियां। पहली गल है कि अकैडमिकली अपने बच्चों को वध तों वध पढ़ाउणा होवेगा जद उचेरी एजुकेशन लैके चंगीयां जॉबां ते जाणगे एक दिन वो हायर पोस्ट दे विच डिसीजन मेकिंग जिहड़े टेबल्स ने जिहड़ियां सभावां ने उत्थे बैठणगे दस्तारां दे नाल अपने ख्यालां दे नाल गुरु दे सिधांतां दे नाल ते तुहाडी सिक्खी जिहड़ी आ एक्सपेंड होवेगी। सैकंडली मैं कि अपनी कौम नूं फाइनैंशियली बिजनेस दे विच जाके वध तों वध बिजनेस खोलने चाहिए ने ता कि इंडिपेंडेंस जिहड़ा इंटरप्राइजेज़ है सारे साडे गुरु ने भी सानूं कहा कि सिख जिहड़ा मेरा जा वो आज़ाद होना चाहिए जी वो वध तों वध बिजनेस खोलो तो उत्थे प्रोग्रेस करो। थर्डली पोलीटिकली किसी भी कौम ने जे तरक्की करनी है तो उसनों पॉलिटिक्स दे विच इनवॉल्व होना पएगा। वी आर डूइंग वैल पर वी हैव टू डू द बैटर इन कमिंग फ्यूचर। साडे अज मैंबर पार्लीमेंट ने बहुत साडे प्रोविंशियल मिनिस्टर ने साडी कौंसल दे विच ने मेयर्स ने साडे शहर दे विच इन्हां 3 फील्ड दे विच आपां ने जिहड़ी प्रोग्रेस करनी है ते सिक्खी इनकलूसिव है जफ्फी दे विच लोकां नूं लैणा है धक्का मार के परां नहीं करना। अखीर दे विच इक्को स्थान जिहड़ा गुरु साहब दा गुरु साहब ने कहा कि जब लग दुनिया रहीए नानक कुछ सुनीए कुछ कहीए लोकां दे नाल टेबल ते बैठ के विचार वटांदरा करके दलील दे नाल जिहड़े अपने झगड़े नबेड़ने ने ना कि बाहूबल दे नाल। इन्हां शब्दां दे नाल ही मैं एक बार तुहाडा सारिआं दा धन्नवाद करदा। चढ़दी कला टाइम टीवी दे लई टोरंटो तों चमकौर माछीके दी रिपोर्ट।